34% ਜਿਹੜੇ ਈਡਸ ਦੇ ਮਰੀਜ਼ ਨੇ ਉਹ ਪੂਰੇ ਪੰਜਾਬ ਦੇ ਵਿੱਚ ਵਧੇ ਨੇ। 88-90 ਹਜ਼ਾਰ ਮਰੀਜ਼ ਜਿਹੜਾ ਉਹ ਪੰਜਾਬ ਦੇ ਵਿੱਚ ਹੈਗਾ ਹੈ, ਔਰ ਉਹਦੇ 'ਚ ਸਭ ਤੋਂ ਵੱਧ ਮਰੀਜ਼ ਜਿਹੜੇ ਉਹ ਅੰਮ੍ਰਿਤਸਰ ਦੇ ਵਿੱਚ 16,505 ਮਰੀਜ਼ ਜਿਹੜੇ ਨੇ, ਜਿਹੜੇ ਸਰਕਾਰੀ ਅੰਕੜੇ ਦੱਸਦੇ ਨੇ। 7,20,000 ਦੇ ਕਰੀਬ ਜਿਹੜਾ ਡਰੱਗਸ ਲੈਂਦਾ ਬੱਚਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੈਗਾ ਆ, ਕਿਉਂਕਿ ਪੁਲਿਸ ਕੋ ਸ਼ਮਤਾ ਹੈਗੀ ਆ ਜਿਹੜੀ ਅੱਤਵਾਦ ਨਾਲ ਲੜ ਸਕਦੀ ਸੀ, ਜਿੰਨੇ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ ਉਹ ਡਰੱਗ ਨੂੰ ਕਿਉਂ ਨਹੀਂ ਖਤਮ ਕਰ ਪਾ ਰਹੀ। ਲਾਅ ਬਹੁਤ ਨੇ, ਲਾਅ ਇੰਪਲੀਮੈਂਟ ਕਰਨੇ ਚਾਹੀਦੇ, ਲਾਅ ਦੀ ਕੋਈ ਕਮੀ ਨਹੀਂ ਹੈਗੀ। ਪੰਜਾਬ ਦੇ ਵਿੱਚ ਡਰੱਗਸ ਦੇ ਕੀ ਹਾਲਾਤ ਨੇ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਹੀ ਕਰੀਬ 16,000 HIV ਏਡਸ ਦੇ ਮਾਮਲੇ ਸਾਹਮਣੇ ਆਏ ਨੇ, ਅਤੇ ਉਹ ਡਾਇਰੈਕਟ ਇੰਜੈਕਟ ਕਰਨ ਨਾਲ ਜਿਹੜੇ ਮਾਮਲੇ ਸਾਹਮਣੇ ਉਹਦੇ 'ਚ ਕਾਫੀ ਜ਼ਿਆਦਾ ਨੇ। ਇਹ ਮਾਮਲਾ ਅੱਜ ਲੋਕ ਸਭਾ ਦੇ ਵਿੱਚ ਗੂੰਜਿਆ, ਮੇਰੇ ਨਾਲ ਇਸ ਵਕਤ ਮੌਜੂਦ ਨੇ ਗੁਰਜੀਤ ਔਜਲਾ, ਅੰਮ੍ਰਿਤਸਰ ਤੋਂ ਸਾਂਸਦ ਜਿਨ੍ਹਾਂ ਨੇ ਮਾਮਲਾ ਚੱਕਿਆ। ਔਜਲਾ ਸਾਹਿਬ, ਇੰਨੇ ਹਾਲਾਤ ਖਰਾਬ ਹੋ ਗਏ ਕਿ ਗੁਰੂ ਨਗਰੀ ਦੇ ਵਿੱਚ ਇਹ ਹਾਲਾਤ ਹੋ ਗਏ? ਦੇਖੋ, ਜਿਹੜੇ ਪਿਛਲੇ 5 ਸਾਲਾਂ ਜੋ ਅੰਕੜੇ ਦੱਸਦੇ ਨੇ ਕਿ 34% ਜਿਹੜੇ ਈਡਸ ਦੇ ਮਰੀਜ਼ ਨੇ ਉਹ ਪੂਰੇ ਪੰਜਾਬ ਦੇ ਵਿੱਚ ਵਧੇ ਨੇ। ਕਰੀਬ 88-90 ਹਜ਼ਾਰ ਮਰੀਜ਼ ਜਿਹੜਾ ਉਹ ਪੰਜਾਬ ਦੇ ਵਿੱਚ ਹੈਗਾ ਹੈ, ਔਰ ਉਹਦੇ 'ਚ ਸਭ ਤੋਂ ਵੱਧ ਮਰੀਜ਼ ਜਿਹੜੇ ਉਹ ਅੰਮ੍ਰਿਤਸਰ ਦੇ ਵਿੱਚ 16,505 ਮਰੀਜ਼ ਜਿਹੜੇ ਨੇ, ਜਿਹੜੇ ਸਰਕਾਰੀ ਅੰਕੜੇ ਦੱਸਦੇ ਨੇ। ਔਰ ਉਹ ਮਰੀਜ਼ ਜ਼ਿਆਦਾਤਰ ਜਿਹੜੇ ਨੇ ਉਹ ਇੰਜੈਕਟੇਬਲ ਡਰੱਗ ਯੂਜ਼ਰ ਜਿਹੜੇ ਨੇ, ਜਿਹੜੇ ਕਿ ਟੀਕਾ ਲਾ ਕੇ ਇੱਕ ਦੂਜੇ ਦੇ ਨਾਲ ਜਿੱਦਾਂ ਲੋਕ ਬੱਚੇ ਡਰੱਗ ਲੈਂਦੇ ਨੇ, ਸਰਿੰਜ ਚੇਂਜ ਨਹੀਂ ਕਰਦੇ, ਉਹਨਾਂ ਦੇ ਰਾਹੀਂ ਇਹ ਵੱਧ ਰਹੀ ਹੈ ਜਿਹੜੀ ਏਡਸ ਦੀ ਸਮੱਸਿਆ ਹੈ। ਅਤੇ ਜਿਸ ਤਰ੍ਹਾਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਰੀੜ੍ਹ ਦੀ ਹੱਡੀ ਤੋੜਦੀ ਇੰਜੈਕਟ ਦੀ, ਤੁਸੀਂ ਕਹਿ ਰਹੇ ਕਿ ਇੰਜੈਕਸ਼ਨ ਨਾਲ ਏਡਸ ਵੱਧ ਰਿਹਾ, ਕੀ ਲੱਗਦਾ ਡਰੱਗਸ ਦਾ ਮਾਮਲਾ ਉੱਥੇ ਖੜਾ? ਮੈਂ ਉਹੀ ਗੱਲ ਦੱਸ ਰਿਹਾ, ਦੇਖੋ ਡਰੱਗਸ ਦਾ ਮਾਮਲਾ ਤਾਂ ਹੈਗਾ, ਇੱਥੇ ਆਪਾਂ ਮੁਨੱਕਰ ਨਹੀਂ ਹੋ ਸਕਦੇ, ਪਰ ਇਹ ਜਿਹੜੀ ਚੀਜ਼ ਹੈ ਇਹ ਸਾਹਮਣੇ ਕਿੱਦਾਂ ਆਈ? ਜਿਹੜੇ ਓਡ ਸੈਂਟਰ ਖੋਲ੍ਹੇ ਨੇ, ਓਡ ਕਲੀਨਿਕ ਖੋਲ੍ਹੇ ਨੇ ਕੈਪਟਨ ਸਰਕਾਰ ਨੇ, ਉਹਦੇ 'ਚ ਜਦੋਂ ਲੋਕ ਇਲਾਜ ਲਈ ਆਉਂਦੇ ਨੇ, ਬਲੱਡ ਟੈਸਟ ਹੁੰਦੇ, ਉੱਥੋਂ ਇਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ ਲੱਗਦਾ ਆ। ਔਰ ਕਰੀਬ 7,20,000 ਦੇ ਕਰੀਬ ਜਿਹੜਾ ਡਰੱਗਸ ਲੈਂਦਾ ਬੱਚਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੈਗਾ ਆ, ਜੋ ਅੰਕੜੇ ਦੱਸਦੇ ਨੇ ਉਹਦੇ ਮੁਤਾਬਕ ਜਿਹੜੇ 2,10,000 ਦੇ ਕਰੀਬ ਜਿਹੜੇ ਉਹ ਡਰੱਗਸ ਕਲੀਨਿਕ ਤੱਕ ਪਹੁੰਚੇ ਨੇ ਜਾਂ ਪ੍ਰਾਈਵੇਟ ਤੌਰ 'ਤੇ, 178 ਜਿਹੜੇ ਓਡ ਸੈਂਟਰ ਨੇ, ਓਡ ਕਲੀਨਿਕ ਨੇ ਜਿਹੜੇ ਪੰਜਾਬ ਦੇ ਵਿੱਚ, ਕੁਝ ਪ੍ਰਾਈਵੇਟ ਵੀ ਹੈਗੇ ਨੇ, ਉਹਨਾਂ ਦੇ ਵਿੱਚ ਪਹੁੰਚੇ ਨੇ। ਉਹਨਾਂ ਦੇ ਨਾਲ ਜਿਹੜਾ ਮਾਫੀਆ ਜਿਹੜਾ ਪਿੱਛੇ ਕੰਮ ਕਰਦਾ ਜਿਹੜਾ ਉਹਨਾਂ ਦੇ ਮੁਤਾਬਕ, ਉਹ ਤੁਸੀਂ ਦੇਖੋ ਨਾ, 5 ਲੱਖ ਲੋਕ ਜਦੋਂ ਤੱਕ ਪਹੁੰਚ ਹੀ ਨਹੀਂ ਸਕੇ, ਜਾਂ ਉਹ ਓਵਰਡੋਜ਼ ਲੈ ਕੇ ਪੈ ਰਹਿੰਦੇ, ਜਾਂ ਉਹਨਾਂ ਨੂੰ ਉੱਥੋਂ ਤੱਕ ਹੀ ਸੀਮਿਤ ਰਹਿ ਦਿੱਤਾ ਗਿਆ, ਉਹਦਾ 5 ਲੱਖ ਜੇ ਉਹਨੂੰ ਡਿਟੈਕਟ ਆਪਾਂ ਕਰਾਂਗੇ ਤਾਂ ਜਿਹੜੇ ਇਹ ਅੰਕੜੇ ਨੇ ਇਹ ਹੋਰ ਵੀ ਖਤਰਨਾਕ ਸਾਹਮਣੇ ਆਉਣ ਦੀ ਉਮੀਦ ਹੈਗੀ ਮੈਨੂੰ। ਸੋ ਇਸੇ ਕਰਕੇ ਪਾਰਲੀਮੈਂਟ 'ਚ ਉਠਾਇਆ ਗਿਆ ਕਿ ਪਵਿੱਤਰ ਨਗਰੀ ਗੁਰੂ ਨਗਰੀ ਹੈ, ਲੋਕ ਇੱਥੇ ਕਸ਼ਟ ਨਿਵਾਰਨ ਆਉਂਦੇ ਨੇ, ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਔਰ ਅੱਜ ਉਸ ਨਗਰੀ ਦੀ ਜਦੋਂ ਕੋਈ ਅਖਬਾਰਾਂ ਦੇ ਵਿੱਚ ਖਬਰ ਲੱਗਦੀ ਹੈ ਜਾਂ ਤੁਸੀਂ ਰਿਸਰਚ ਕਰੋਗੇ ਏਡਸ ਦੇ ਮਰੀਜ਼ਾਂ ਦੀ, ਜਦੋਂ ਉੱਥੇ ਸਾਹਮਣੇ ਆਉਂਦਾ ਫਰੰਟ 'ਤੇ, ਤੁਹਾਡੇ ਗੂਗਲ ਦੇ ਉੱਤੇ ਰਿਸਰਚ ਕਰਦੇ ਹਾਂ ਕਿ ਸਭ ਤੋਂ ਵੱਧ ਜਿਹੜੇ ਏਡਸ ਦੇ ਮਰੀਜ਼ ਨੇ ਪੰਜਾਬ 'ਚ, ਅੰਮ੍ਰਿਤਸਰ ਦੇ ਨੇ, ਬੜੇ ਦੁੱਖ ਦੀ ਗੱਲ ਹੈ। ਔਰ ਇਹ ਸ਼ਰਮਨਾਕ ਵੀ ਹੈ ਸਾਡੇ ਵਾਸਤੇ ਵੀ ਕਿ ਜਿਹੜਾ ਸਿਸਟਮ ਹੈ ਉਹਨੂੰ ਇਹਨੂੰ ਧਿਆਨ 'ਚ ਰੱਖਣਾ ਚਾਹੀਦਾ, ਔਰ ਇਹਨਾਂ ਉਸੇ ਵੇਲੇ ਇਹਦਾ ਇਲਾਜ ਦਾ ਪ੍ਰਬੰਧ ਕਰਨਾ ਚਾਹੀਦਾ, ਔਰ ਇਹਨਾਂ ਦੇ ਮਤਲਬ ਕਿਵੇਂ ਇਹਨਾਂ ਨੂੰ ਇਹ ਤੋਂ ਦੂਰ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਸਮਾਜ ਦੇ ਵਿੱਚ ਵਿਚਰਨ ਦੇ ਵਿੱਚ ਵੀ ਹੈ। ਵਿਆਹ ਤੋਂ ਬਾਅਦ ਜਿਹੜੇ ਸੰਬੰਧ ਬਣੇ ਨੇ, ਜਿੰਨੇ ਇਹ ਅਬਿਊਜ਼ ਨੇ, ਜਿਹਨਾਂ ਦੇ ਇਹਨਾਂ ਨੂੰ ਪ੍ਰੋਬਲਮ, ਉਹ ਸਾਰੇ ਉਸ ਤੋਂ ਬਾਅਦ ਵਧਣੇ ਹੀ ਨੇ, ਘਟਣੇ ਨਹੀਂ ਗੇ। ਤੁਸੀਂ ਕਿਹਾ ਕਿ ਮਾਫੀਆ, ਪਰ ਮਾਫੀਆ ਰੁਕੇਗਾ ਕਿਵੇਂ? ਜਿਸ ਤਰ੍ਹਾਂ ਤੁਸੀਂ ਸਵਾਲ ਲੋਕ ਸਭਾ ਦੇ ਵਿੱਚ ਉਠਾਇਆ ਹੈ, ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਸਹੁੰ ਵੀ ਖਾਧੀ ਸੀ, ਪਰ ਹਾਲੇ ਤੱਕ ਮਾਫੀਆ ਨਾ ਰੁਕਿਆ ਨਾ ਕੁਛ, ਤਾਂ ਹੀ ਇਹ ਅੰਕੜੇ ਸਾਹਮਣੇ ਰੱਖਣੇ ਪੈ ਰਹੇ ਨੇ। ਦੇਖੋ, ਇਸ ਚੀਜ਼ ਦਾ ਜਵਾਬ ਤਾਂ ਪੁਲਿਸ ਚੰਗੀ ਤਰ੍ਹਾਂ ਦੇ ਸਕਦੀ, ਕਿਉਂਕਿ ਪੁਲਿਸ ਕੋ ਸ਼ਮਤਾ ਹੈਗੀ ਆ ਜਿਹੜੀ ਅੱਤਵਾਦ ਨਾਲ ਲੜ ਸਕਦੀ ਸੀ, ਜਿੰਨੇ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ, ਉਹ ਡਰੱਗ ਨੂੰ ਕਿਉਂ ਨਹੀਂ ਖਤਮ ਕਰ ਪਾ ਰਹੀ? ਇਹਦਾ ਜਵਾਬ ਤਾਂ ਮੇਰਾ ਖਿਆਲ ਪੁਲਿਸ ਜ਼ਿਆਦਾ ਬੈਟਰ ਤਰੀਕੇ ਨਾਲ ਦੇ ਸਕਦੀ ਹੈ। ਲੱਗਦਾ ਕਿ ਲਾਅ ਹੋਰ ਕੜੇ ਹੋਣੇ ਚਾਹੀਦੇ, ਪੁਲਿਸ ਨੂੰ ਹੋਰ ਕੜਾ ਹੋਣਾ ਪਏਗਾ, ਪ੍ਰਸ਼ਾਸਨ ਨੂੰ ਹੋਰ ਕੜਾ ਹੋਣਾ ਪਏਗਾ। ਲਾਅ ਬਹੁਤ ਨੇ, ਲਾਅ ਇੰਪਲੀਮੈਂਟ ਕਰਨੇ ਚਾਹੀਦੇ, ਲਾਅ ਦੀ ਕੋਈ ਕਮੀ ਨਹੀਂ ਹੈਗੀ। ਜੇ ਅਸੀਂ ਲਾਅ ਸੱਚੀ ਨੀਤ ਦੇ ਨਾਲ ਇੰਪਲੀਮੈਂਟ ਕਰ ਲਈਏ ਪੰਜਾਬੀ ਹੋਣ ਦੇ ਨਾਤੇ, ਜਾਂ ਪੰਜਾਬ ਦਾ ਦਰਦ ਜਿਗਰ 'ਚ ਰੱਖਦੇ ਹੋਏ, ਤਾਂ ਲਾਅ ਦੀ ਕੋਈ ਕਮੀ ਥੋੜ੍ਹਾ ਹੈਗੀ ਸਾਡੇ ਇੱਥੇ। ਬਿਲਕੁਲ, ਮਾਮਲਾ ਡਰੱਗਸ ਦਾ ਅਤੇ ਏਡਸ ਦਾ ਗੂੰਜਿਆ ਅੱਜ ਲੋਕ ਸਭਾ ਦੇ ਵਿੱਚ, ਅਤੇ ਹੁਣ ਇਹੀ ਕਹਿਣਾ ਹੈ ਗੁਰਜੀਤ ਔਜਲਾ ਦਾ ਕਿ ਪੁਲਿਸ ਨੂੰ ਸਖ਼ਤ ਹੋਣਾ ਪਏਗਾ, ਪੁਲਿਸ ਚਾਹੇ ਤਾਂ ਮਾਫੀਆ ਇਹ ਖਤਮ ਹੋ ਸਕਦਾ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ, ਨਿਤਿਨ ਧੀਮਾਨ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ,
ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲਾਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ